ਆਪਰ ਵਿੱਚ ਵਸਦੇ 52 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ ਤੁਹਾਡਾ ਮਨਪਸੰਦ ਭੁਲੇਖਾ ਟੀਵੀ ਤੇ ਭੁਲੇਖਾ ਟੀਵੀ ਵੱਲੋਂ ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਤੁਹਾਡਾ ਸੇਵਕ ਇਹ ਪ੍ਰੋਗਰਾਮ ਹੈ ਜਨਾਬ ਈਦ ਸਪੈਸ਼ਲ ਦਾ ਈ ਤੇ ਈਦ ਖਰੀ ਸਪੈਸ਼ਲ ਹੁੰਦੀ ਹੈ ਔਰ ਸਪੈਸ਼ਲ ਹੋਣੀ ਵੀ ਚਾਹੀਦੀ ਹੈ ਲੇਕਿਨ ਖਾਸ ਤੌਰ ਤੇ ਵੱਡੀ ਈਦ ਜਾਂ ਜਿਹਨੂੰ ਕੁਰਬਾਨੀ ਵਾਲੀ ਈਦ ਕਹਿੰਦੇ ਨੇ ਉਹ ਤੇ ਬਹੁਤ ਹੀ ਖਾਸ ਹੁੰਦੀ ਹੈ ਕੁੱਖਾਂ ਭਰਦੀਆਂ ਨੇ ਰਾਹ ਵਿੱਚ ਇੱਕ ਬੇਲੀ ਮਿਲਿਆ ਕਹਿੰਦਾ ਈਦ ਨੇ ਰੋਜ਼-ਰੋਜ਼ ਨਹੀਂ ਆਣਾ ਉਹ ਮੈਂ ਕਿਹਾ ਯਾਰ ਮੈਂ ਤੇ ਸਮਝਣਾ ਕਿ ਦਿਲ ਖੁਸ਼ ਹੋਵੇ ਤੇ ਈਦ ਈਦ ਜੇ ਦਿਲ ਕੁਛ ਸੁਰਦਾ ਜਿਹਾ ਹੋਵੇ ਫੜਫੜਾ ਜਾ ਰਿਹਾ ਹੋਵੇ ਤੇ ਫੇਰ ਸਮਝੋ ਮਹਰਮ ਨੇੜੇ ਨੇ ਜਾਂ ਮਦਮ ਮਹਰਮ ਦੇ ਵਿੱਚ ਉਹ ਕਹਿੰਦਾ ਨਹੀਂ ਓ ਪਾਗਲਾ ईद ਆਂਦੀ ਹੈ 365 ਦਿਨਾਂ ਦੇ ਬਾਅਦ। ਔਰ ਸਾਲ ਬਾਅਦ ईद ਆਂਦੀ ਹੈ। ਇਸ ਲਈ ਕਹਿਣਾ ਵਾ ਕਿ Eid ਰੋਜ਼ ਰੋਜ਼ ਨਹੀਂ ਆਂਦੀ। ਤੇ Eid ਨੂੰ ਉਹਦੇ ਫਲਸਫੇ ਦੇ ਨਾਲ ਪੂਰੇ ਤਰੀਕੇ ਦੇ ਨਾਲ ਸਮਝਣਾ ਜ਼ਰੂਰੀ ਹੈ। ਅਸਲ ਵਿੱਚ Eid ਦੇ ਇਸ ਖੂਸੀ ਪਰਗਰਾਂ ਦੇ ਵਿੱਚ ਮੇਰੀ ਦਲੀ ਹਮਦਰਦੀ ਕਰਦੇ ਬਜ਼ੁਰਗਾਂ ਦੇ ਨਾਲ ਹੈ। ਭਾਵੇਂ ਉਹ ਪੈਨਸ਼ਨਰ ਨੇ, ਭਾਵੇਂ ਉਹ ਤਨਖਾਹਦਾਰ ਨੇ, ਪਾਵੇਂ ਉਹ ਵੇਲੇ ਨੇ ਇਸ ਲਈ ਕਿ ਈਦ ਦਾ ਸਭ ਤੋਂ ਵੱਡਾ ਨੁਕਸਾਨ ਕਰਦੇ ਬਜ਼ੁਰਗਾਂ ਨੂੰ ਹੁੰਦਾ ਈਦ ਲੰਘ ਜਾਂਦੀ ਹੈ ਪਰ ਉਹਦੇ ਆਫਟਰ ਸ਼ੌਕਸ ਬਾਕੀ ਰਹਿ ਜਾਂਦੇ ਨੇ ਹੁੰਦਾ ਕੀ ਹੈ ਕਿ ਬੰਦੇ ਨੇ ਕੰਸਲ ਦੇ ਵਿੱਚ ਕੋਈ 2-4 ਨੋਟ ਉਰਾ ਪਰਾਂ ਲੁਕੋ ਕੇ ਮਰੋੜੀਆਂ ਬਣਾ ਕੇ ਜੇਬ ਚ ਰੱਖੇ ਹੁੰਦੇ ਨੇ ਤਾਂ ਜੇ ਵੇਲੇ ਕੋਈਲੇ ਬੰਦਾ ਕੋਈ ਸਿਗਰਟ ਪਾਣੀ ਲੈ ਸਕੇ ਲੇਕਿਨ ਜਦੋਂ ਇਦੀ ਦੇਣੀ ਪੈਂਦੀ ਹੈ ਤੇ ਘਰ ਵਾਲੀ ਤੋਂ ਲੈ ਕੇ ਨਿੱਕੇ ਨਿਆਣਿਆਂ ਤਾਈਂ ਚਾਰੋਂ ਪਾਸੇ ਇੰਜ ਵਲਦੇ ਨੇ ਜਿਵੇਂ ਕਿਸੇ ਕੈਦੀ ਨੂੰ ਵਲੀਦਾ ਤੇ ਅਖੀਰ ਜਦੋਂ ਬੰਦਾ ਜੱਬਾਂ ਫੁੱਲਦਾ ਤੇ ਖਿਸੇ ਦੇ ਵਿੱਚ ਮੋਰੇ ਹੋਰ ਲੱਬੇ ਨਾ ਕੋਈ ਐਸ ਲਈ ਕਿ ਜੋ ਅਸਾਸੇ ਲਕੋ ਕੇ ਰੱਖੇ ਹੁੰਦੇ ਨੇ ਬੰਦੇ ਉਸ ਤੋਂ ਵੀ ਮਹਿਰੂਮ ਹੋ ਚੁੱਕੇ ਨੇ ਅਸਲ ਵਿੱਚ ਅਸੀਂ ਇਸ ਈਦ ਨੂੰ ਬੜੇ ਫਰਬੂਰ ਤਰੀਕੇ ਦੇ ਨਾਲ ਬੜੇ ਮਜ਼ੇ ਦੇ ਨਾਲ ਅਰ ਜਿਸਕੇ ਲੈ ਲ ਲੈ ਕੇ ਬਣਾ ਰਹੇ ਆ ਉਹਦੇ ਵੱਡੀ ਵਜ੍ਹਾ ਇਹ ਹੈ ਕਿ ਜਦੋਂ ਦੀ ਮਹਿੰਗਾਈ ਸ਼ੁਰੂ ਹੋਈ ਹੈ ਤੇ ਬਜਟ ਤੋਂ ਬਾਅਦ ਦੀ ਇਹ ਪਹਿਲੀ ਈਦ ਹੈ ਔਰ ਇਹ ਲੱਗਦਾ ਹੈ ਕਿ ਜਿਵੇਂ ਇਸ ਕੁਰ ਅਰਸ ਤੇ ਪਹਿਲੀ ਤੇ ਆਖਰੀ ਈਦ ਹੈ ਪਤਾ ਨਹੀਂ ਅਗਲੇ ਬਜਟ ਤੱਕ ਮਹਿੰਗਾਈ ਦੇ ਹੱਥੋਂ ਅਸੀਂ ਰਹੀਏ ਨਾ ਰਹੀਏ ਕਮਜ਼ਗਮ ਇਹ ਈਦ ਅਸੀਂ ਰੱਜ ਕੇ ਇੰਜੋਏ ਕਰੀਏ ਇੰਜ ਇੰਜੋਏ ਕਰੀਏ ਜਿਵੇਂ ਇੰਜੋਏ ਕਰਨ ਦਾ ਹੱਕ ਹੈ ਹੁਣ ਗੱਲ ਇਹ ਹੈ ਕੀ ਈਦ ਦੀ ਖੁਸ਼ੀ ਬਾਲਾਂ ਨੂੰ ਬਹੁਤ ਹੀ ਹੁੰਦੀ ਹੈ ਬੱਕਰੇ ਨੂੰ ਹੋਵੇ ਨਾ ਹੋਵੇ ਬਾਲ ਬੜੇ ਖੁਸ਼ ਹੁੰਦੇ ਨੇ ਇਹ ਭੇਡੂ ਹਾ ਹਾ ਇਹ ਭੇਡੂ ਇਹਨਾਂ ਲੱਗਦਾ ਹੈ ਕਿ ਜਿਵੇਂ 2 ਸਾਲ ਦੇ ਬਜਾਏ ਕੋਈ 3 ਮਹੀਨਿਆਂ ਦਾ ਹੈ ਭੇਡੂ ਪੱਠੇ ਖਾ ਰਿਹਾ ਹੈ ਬਾਲ ਸਾਹਮਣੇ ਬੈਠੇ ਨੇ ਭੇਡੂ ਪੱਠੇ ਖਾਈ ਜਾ ਰਿਹਾ ਤੇ ਬਾਲ ਉਹਨੂੰ ਵੇਖ-ਵੇਖ ਕੇ ਖੁਸ਼ ਹੋਈ ਜਾ ਰਹੇ ਨੇ ਤੇ ਉਧਰ ਆਲਮੀ ਮੰਡੀ ਦੇ ਵਿੱਚ ਕਹਰਾਮ ਬਚਿਆ ਹੈ ਬਿਲ ਗੇਟਸ ਕੋਈ ਬਿਲ ਗੇਟਸ ਐਂਡ ਗਾਲਾ बिल गेट सोच ਰਿਹਾ ਹੈ ਪਰੇਸ਼ਾਨ ਹੈ ਪਰੇਸ਼ਾਨੀ ਦੇ ਆਲਮ ਚੈਲੀ ਜਾ ਰਿਹਾ ਕਦੀ ਅਹੀਂ ਕਦੀ ਅਹੀਂ ਕਦੀ ਅਹੀਂ ਉਹਨੂੰ ਸਮਝ ਨਹੀਂ ਆਂਦੀ ਕਿ ਉਹ ਆਪਣੀ ਸਾਰੀ ਜਾਇਦਾਦ ਆਪਣਾ ਸਾਰਾ ਪੈਸਾ ਕਿਹੜੇ ਹਿੱਸੇ ਨਾਲ ਮਲਟੀਪਲਾਈ ਕਰੇ ਕਿ ਢੇਰ ਸਾਰੇ ਪੈਸੇ ਹੋ ਜਾਣ ਕਈ ਵਾਰੀ ਉਹਨੇ ਟਰੰਕਲ ਤੇ ਆਨਸਟਾਈਨਲ ਵੀ ਗੱਲ ਕੀਤੀ ਕਿ ਭਾਜੀ ਦੱਸੋ ਇਹ ਕੈਲਕੂਲੇਸ਼ਨਾਂ ਕਿਵੇਂ ਕਰੀ ਦੀਆਂ ਨੇ ਅੱਗੋਂ ਆਇਨਸਟਾਈਨ ਦੇ ਫਾਰਮੂਲਿਆਂ ਤੇ ਅਲਜਬਰਾ ਤੇ ਜਿਓਮੈਟਰੀ ਤੇ حساب ਤੇ ਬਿਲ ਗੇਟਸ ਸੋਚੀ ਜਾ ਰਿਹਾ ਹੈ ਕੈਲਕੂਲੇਟ ਕਰੀ ਜਾ ਰਿਹਾ ਹੈ ਤੇ ਉਧਰ ਆਲਮੀ ਮੰਡੀ ਸਹਾਰਾ ਬਚਿਆ ਕਿਉਂਕਿ ਬਿਲਗੇਟਸ ਸੋਚ ਰਿਹਾ ਹੈ ਬਿਲਗੇਟ ਸੋਚ ਰਿਹਾ ਹੈ ਕਿ ਮੈਂ ਸਾਰਾ ਕੁਝ ਸਾਰੀ ਪ੍ਰਾਪਰਟੀ ਸਾਰਾ ਪੈਸਾ ਮਲਟੀਪਲਾਈ ਕਰਕੇ ਆਇਆ ਉਹਨਾਂ ਬੱਚਿਆਂ ਦੀ ਮੁਸਕਰਾਹਟ ਖਰੀਦ ਸਕਣਾ ਵਾ ਜਿਹੜੇ ਬੈਠੇ ਖੁਸ਼ ਹੋ ਰਹੇ ਨੇ ਢੇਡੂ ਪੱਠੇ ਖਾ ਰਿਹਾ ਤੇ ਨਿਆਣੇ ਬੈਠੇ ਖੁਸ਼ ਹੋ ਜਾ ਰਹੇ ਨੇ ਅਖੀਰ ਨੂੰ ਲੱਗਦਾ ਹੈ ਕਿ ਇਹ ਸੌਦਾ ਉਹਦੀ ਉਕਾਦ ਤੋਂ ਬਾਹਰ ਹੈ ਉਹ ਬਾਲਾਂ ਦੀ ਖੁਸ਼ੀਆ ਨਹੀਂ ਖਰੀਦ ਸਕਦਾ لہذا ਉਹ ਸੋਚ ਰਿਹਾ ਹੈ ਕਿ ਇਸ ਤੋਂ ਪਹਿਲੇ ਕਿ ਆਲਵੀ ਮੰਡੀ ਬਰਬਾਦ ਹੋ ਜਾਏ ਤਬਾਹ ਹੋ ਜਾਏ ਵਾਲ ਸਟਰੀਟ ਵਿੱਚ ਖੋਤੇ ਫਿਰਨ ਤੇ ਹਵਾਵਾਂ ਚੱਲਣ برفਾਂ ਡੇਕਣ ਕੁਝ ਵੀ ਨਾ ਬੰਦਾ ਲਗੇ ਇਸ ਤੋਂ ਪਹਿਲੇ ਕਿ ਸਭ ਕੁਝ ਥਰਡ ਵਰਡ ਇਸ ਮਾਸ਼ਿਤ ਪਰ ਤਬਾਹ ਹੋ ਜਾਏ ਮਨੂੰ ਬਾਲਾਂ ਦੇ ਚੱਕਰ ਚੋਂ ਨਿਕਲ ਕੇ ਆਪਣਾ ਕੁਝ سرمਾਇਆ ਦਵਾਈਆਂ ਇਜਾਦ ਕਰਨ ਵਾਲਿਆਂ ਲਈ ਰਿਸਰਚ ਲੈਬਟਰੀਆਂ ਲਈ ਭੇਜ ਦੇਣਾ ਚਾਹੀਦਾ ਤੇ ਖੁਸ਼ ਹੋਣਾ ਚਾਹੀਦਾ ਕਿ ਮੈਂ ਵੀ ਉਹਨਾਂ ਬਾਲਾਂ ਦੇ ਨਾਲ ਬੈਠਾ ਵੇਖ ਰਿਹਾ ਹਾਂ ਵੇਖੀ ਜਾ ਰਿਹਾ ਮੈਂ ਪੇਡੂ ਪੱਠੇ ਖਾ ਰਿਹਾ ਤੇ ਬਿਲ ਗੇਟਸ ਵੇਖ ਰਿਹਾ ਤੇ ਉਧਰ ਆਲਮੀ ਮੰਡੀ ਠਹਿਰਾਉ ਆ ਗਿਆ ਸਕੂਨ ਆ ਗਿਆ ਇਸ ਲਈ ਕਿ ਬਿਲ ਗੇਟਸ ਖੁਸ਼ ਹੈ ਪਰੇਸ਼ਾਨ ਨਹੀਂ ਹੈ ਉਦਾਸ ਨਹੀਂ ਹੈ ਕਿਉਂਕਿ ਇਹ ਈਦ ਦੀ ਸਪੈਸ਼ਲ ਈਦ ਦੀ ਸਪੈਸ਼ਲ ਘੜੀ ਹੈ ਕਿ ਪੇਡੂ ਪੱਠੇ ਖਾ ਰਿਹਾ ਹੈ ਨਿਆਣੇ ਵੇਖ ਕੇ ਖੁਸ਼ ਹੋ ਰਹੇ ਨੇ ਤੇ ਕੋਲ ਬਿਲ ਗੇਟਸ ਬੈਠਾ ਹੈ ਅਨੀ ਚਰਚ ਇੱਕ ਨਿਆਣਾ ਉੱਠਦਾ ਹੈ ਪਰੇਸ਼ਾਨੀ ਦੇ आलम ਚ ਕਿਵੇਂ ਦੁਨੀਆ ਵਿੱਚ ਪੋਹਦਾ ਨਹੀਂ ਕੜਾ ਤਗਈ ਹੋਰ ਆ ਗਿਆ ਪਤਨ ਕੜੀ ਅਰਜ਼ਿਆਤੀ ਤਬਦੀਲੀ ਆ ਗਈ ਹੈ ਉਹ ਨਿਆਣਾ ਅੰਦਰ ਜਾ ਕੇ ਮੁਖਬਰੀ ਕਰਦਾ ਅਮੀ ਪੱਠੇ ਮੁੱਕ ਗਏ ਅਮੀ ਦਾ ਜਲਾਲ ਜਿਹੜਾ ਗਸੌਂਦੇ ਮੋੜ ਵਿੱਚ ਸੀ ਉਹ ਜਮਾਲ ਚ ਬਦਲਿਆ ਫਿਰ ਉਸਨੇ ਅਮੀ ਨੇ ਅਬੈ ਨੂੰ ਆਖਿਆ ਮੈਂ ਕਿਹਾ ਜੀ ਥੋੜੇ ਜੇ ਪੱਠੇ ਤੇ ਮੰਡੀ ਤੋਂ ਫੜ ਲਿਓ ਅੱਗੋਂ ਅੱਬਾ ਜੀ ਜਲਾਲ ਵਿੱਚ ਫਟਦੇ ਨੇ ਉਹ ਕਹਿੰਦੇ ਕੱਲ ਪੇਡੂ ਕਸੀਟ ਕੇ ਵੰਡਿਓ ਲਿਆਇਆ ਵਾ ਤੇ ਮੇਰੀ ਆਪਣੀ ਟੰਗ ਦਾ ਪੱਠਾ ਚੜ ਰ ਗਿਆ ਮੈਂ ਪੱਠੇ ਕਿਵੇਂ ਲੈਣ ਜਾਵਾ ਮੰਮੀ ਕਹਿੰਦੀ ਐ ਮੋਟਰਸਾਈਕਲ ਤੇ ਜਾਓ ਉਹ ਕਹਿੰਦਾ ਖਬਰਦਾਰ ਚ ਮੋਟਰਸਾਈਕਲ ਦਾ ਨਾ ਲਿਆ ਅੱਜ ਦੇ ਜ਼ਮਾਨੇ ਵਿੱਚ ਮੈਨੂੰ ਯਾਸ਼ੀ ਅਫੋਰਡ ਨਹੀਂ ਕਰ ਸਕਦਾ ਕਿ ਉਸ ਮੋਟਰਸਾਈਕਲ ਦੇ ਵਿੱਚ ਤੇਲ ਪਾਵਾ ਨਾਲੇ ਪੱਠਿਆਂ ਨਾਲ ਮੇਰੀ ਸੀਟ ਖਰਾਬ ਹੋ ਜਾਣੀ ਹੈ ਤੇ ਨਾਲੇ ਗੱਲ ਸੁਣ ਤੂੰ ਮਾਨੂੰ ਉਸ ਵੇਲੇ ਉਠਾਇਆ ਹੈ ਕਿ ਮੈਂ ਬੜਾ ਖਾਬ ਦੇਖ ਰਿਹਾ ਦੇਖ ਰਿਹਾ ਸਾਬ ਰੰਗीन ਖਾਬ ਪਤਾ ਨਹੀਂ ਕਿੱਥੇ ਪਹੁੰਚਿਆ ਹੋਇਆ ਸੀ ਅਮੀ ਕਹਿੰਦੀ ਐ ਮਨੂ ਯਕੀਨ ਐ ਉਸ ਖਾਬ ਚ ਯਕੀਨਨ ਮੈਂ ਨਹੀਂ ਹੋਵਾਂਗੀ ਉਹ ਕੰਦਾ ਤੂੰ ਤੇ ਭਲੀ ਹਲੇ ਤੈਨੂੰ ਤਾਂ ਪਤਾ ਲੱਗ ਗਿਆ ਤੇਰੇ ਬਗੈਰ ਉਹ ਖਾਬ ਬੜਾ ਰੰਗੀਨ ਸੀ ਅਮੀ ਲਾਂਦੀਆਂ ਜੁੱਤੀ ਤੇ ਮਾਰਨ ਲਈ ਨਹੀਂ ਪੈਰ ਚ ਪਾਲ ਲਈ ਉਦੋਂ ਅੱਬਾ ਲਾਂਦਾ ਜੁੱਤੀ ਮਾਰਨ ਲਈ ਨਹੀਂ ਪੈਰ ਚ ਪਾਲ ਲਈ ਤੇ ਜੁੱਤੀ ਪਾ ਕੇ ਉਹਦਾ ਜਲਾਲ ਹੋਰ ਚੜ ਰਿਹਾ ਕਉਂ ਕੇ ਬਾਰ ਪੇਡੂ ਉਦਾਸ ਐ ਪੱਠੇ ਮੁਗ ਗਏ ਨੇ ਨਿਆਣੇ ਉਦਾਸ ਨੇ ਪੱਠੇ ਮੁਗ ਗਏ ਨੇ ਤੇ ਉਧਰ ਸੱਤ ਸਮੁੰਦਰ ਪਾਰ ਬਿਲਗੇਟਸ ਉਦਾਸ ਐ ਕਿਉਂਕਿ ਬੱਚੇ ਉਦਾਸ ਨੇ ਪੇਡੂ ਉਦਾਸ ਐ ਪੱਠੇ ਮੁਗ ਗਏ ਨੇ ਅੱਬਾ ਕਹਿੰਦਾ ਮੈਂ ਜਾ ਤੇ ਰਿਆਂ ਵਾ ਪਰ ਯਾਦ ਰੱਖ ਐਤ ਕਿ ਇੱਕ ਵੀ ਬੋਟੀ ਜੇ ਮੇਰੇ ਸਹਰੀਆਂ ਦੇ ਘਰ ਉਪੜੀ ਤੇ ਯਾ ਮੈਂ ਨਹੀਂ ਯਾ ਤੂੰ ਨਹੀਂ ਤਮਈਆਂ ਕਰ ਦਿਆਂਗਾ ਬਰਵਾਦੀਆਂ ਕਰ ਦਿਆਂਗਾ ਮੇਰਾ ਪੱਠਾ ਅੱਗੇ ਚੜਿਆ ਉਹ ਤੋਂ ਤੁਮਨ ਨੂੰ ਪੱਠੇ ਲੈਣ ਭੇਜ ਰਹੀ ਹੈ ਪੱਠੇ ਮਨੂੰ ਇੰਜ ਲੱਗਦਾ ਮੈਂ ਜਦੋਂ ਦਾ ਵਿਆਹ ਕੀਤਾ ਉੱਲੂ ਦਾ ਪੱਠਾ ਬਣ ਕੇ ਰਹਿ ਗਿਆ ਵੇਖੋ ਕਿੰਨੀ ਸ਼ਾਰਟੀਆਂ ਪੱਠਿਆਂ ਦੀ ਕਿੰਨੀ ਡਿਮਾਂਡ ਹੈ ਪੱਠਿਆਂ ਦੀ ਕਿਉਂਕਿ ਇਹ ਈਟ ਸਪੈਸ਼ਲ ਹੈ ਤੇ ਪੱਠੇ ਜ਼ਰੂਰੀ ਨੇ ਅੱਬਾ ਜਾਂਦਾ ਜਾਂਦਾ ਫੇਰ ਸੋਚਦਾ ਹੈ ਅਡੀਆਂ ਢੇਰ ਸਾਰੀਆਂ ਗਾਲਾਂ ਕੱਢਣ ਦੀ ਕੋਸ਼ਿਸ਼ ਕਰਦਾ ਪਰ ਜ਼ਬਾਨ ਤੇ ਤਾਲੇ ਲੱਗੇ ਨੇ ਬੜੇ ਗੁੱਸੇ ਨਾਲ ਘੁਰੀ ਪਾਉਂਦਾ ਤੇ ਕਹਿੰਦਾ ਚੰਗਾ ਮੈਂ ਚਲਿਆ ਆਂ ਉਹ ਦਰੂ ਅਮੀਰ ਸੋਚਦੀ ਹੈ ਤੂੰ ਤੇਰਾ ਤੇਨਾ ਕੋ ਅੱਗੇ ਨਾ ਤੇਰਾ ਕੋ ਪਿੱਛੇ ਤੂੰ ਮੇਰੇ ਇਸ ਘਰ ਜਿਹੜਾ ਮੇਰੇ ਪੇਕਿਆਂ ਦੇ ਬੋਟੀ ਨਹੀਂ ਪੇਜਦਾ ਤੇਰਾ ਘੜਾ ਕੋ ਬਚਿਆ ਸਾਰਾ ਗੋਸ਼ ਤੂੰ ਯਾ ਫਕੀਰਾਂ ਨੂੰ ਫੜਾ ਦੇਗਾ ਤੇ ਜਾਂ ਫਿਰ ਕਿਸੇ ਬੇਰਮੀਆ ਲਿਆ ਨੂੰ ਜਾਂ ਫਿਰ ਯਦੀਮ ਖਾਨੇ ਨੂੰ ਦਵਾਏਗਾ ਤੂੰ ਮੋੜ ਸਹੀ ਮੈਂ ਨਿਬੜ ਲਾਂਗੀ ਤੇਰੇ ਨਾਲ ਤੇ ਬਾਹਰ ਪੇਡੂ ਉਦਾਸ ਹੈ ਪੱਠੇ ਮੁੱਕ ਗਏ ਨੇ ਨਿਆਨੇ ਬੈਠੇ ਨੇ ਉਦਾਸ ਨੇ ਕਿਉਂਕਿ ਉਹ ਪੇਡੂ ਨੂੰ ਪੱਠੇ ਖਾਂਦੇ ਹੋਵੇ ਕਿ ਖੁਸ਼ ਨਹੀਂ ਹੋ ਸਕਦੇ ਕਿਉਂਕਿ ਪੱਠੇ ਮੁੱਕ ਗਏ ਨੇ ਕਿ ਆਲਮੀ ਮੰਡੀ ਵਿੱਚ ਪੱਠਿਆਂ ਦਾ ਬਹਾਰ ਆਲੀ ਉਹਨਾਂ ਨੇ ਦੇਰ ਚ ਅੱਬਾ ਆਂਦਾ ਹੈ ਅੱਬਾ ਇੰਜ ਐਂਟਰੀ ਪਾਉਂਦਾ ਜਿਵੇਂ ਐਂਟਰੀ ਪਾਉਂਦਾ ਹੱਕ ਅੱਬੇ ਦੇ ਇੱਕ ਹੱਥ ਵਿੱਚ ਪੱਠੇ ਨੇ ਦੂਜੇ ਹੱਥ ਵਿੱਚ ਜਿਲਾਬੀਆਂ ਦਾ ਗਰਮਾ ਗਰਮ ਜਿਲੇਬੀਆਂ ਦਾ ਛਾਪ ਪਰੇ ਇਸ ਤੋਂ ਪਹਿਲਾਂ ਕਿ ਸਿਚੁਏਸ਼ਨ ਤੁਸੀਂ ਜਿੰਨ ਚ ਲੜਾਓ ਦਿਮਾਗ ਲੜਾਓ ਜਿਵੇਂ ਦਿਮਾਗ ਖਿਆਤਾ ਕਜੇ ਉਹਨਾਂ ਵਿਆਹ ਤੇ ਇੱਕ ਆਵਾਜ਼ ਆਉਂਦੀ ਹੈ ਸਿਰਫ ਇੱਕ ਆਵਾਜ਼ ਵਿਆਹ ਦੇ ਵਿੱਚ ਬੜੇ شریف ਸ਼ਰਫਾ ਬੜੇ ਬੜੇ ਨਾਮੀ ਗ੍ਰਾਮੀ ਲੋਕ ਬੈਠੇ ਹੁੰਦੇ ਨੇ ਬੜੇ ਬੜੇ ਇੰਟਰਨੈਸ਼ਨਲ ਪੋਲਿਟਿਕਸ ਡਿਸਕਸਰਸ ਹੋ ਰਹੀ ਹੁੰਦੀ ਹੈ ਬੜੀ ਨੈਸ਼ਨਲ ਪੋਲਿਟਿਕਸ ਬੜੀ ਲੋਕਲ ਪੋਲਿਟਿਕਸ ਤੋਂ شریف ਸ਼ਰਫਾ ਬੈਠੇ ਰੋਟੀ ਦੇ ਇੰਤਜ਼ਾਰ ਦੇ ਵਿੱਚ ਪੋਲਿਟਿਕਸ ਪੋਲਿਟਿਕਸ ਖੇਡ ਰਹੇ ਹੁੰਦੇ ਨੇ ਜਾਨੀ ਦੇ ਸਿਰਫ ਇੱਕ ਆਵਾਜ਼ ਆਉਂਦੀ ਹੈ ਰੋਟੀ ਖੁੱਲ ਗਈ ਤੇ ਉਹਦੇ ਨਾਲ ਸਾਰੀ ਸ਼ਰਾਫਤ ਸਾਰੀ ਪੋਲਿਟਿਕਸ ਸਾਰੀ ਦਾਨੇਸ਼ਵਰੀ ਭਾਂਡੇ ਜਵੜ ਜਾਂਦੀ ਹੈ ਕਿਉਂਕਿ ਰੋਟੀ ਖੁੱਲ ਗਈ ਹੈ ਇੰਜ ਜੀ ਜੀ ਦਾ ਅੱਬੇ ਦੀ ਐਂਟਰੀ ਪਈ ਪੱਠੇ ਆਏ ਤੇ ਕਨਿਆਣਾ ਚਿਕਿਆ ਪੱਠੇ ਆ ਗਏ ਆਹਾ ਉਹੀ ਭਾਜੜ ਜਿਹੜੀ ਵਿਆਹ ਸ਼ਾਦੀ ਚ ਹੁੰਦੀ ਹੈ ਕੋਈ ਅਦਰ ਭਜੋ ਨੱਠੀ ਕੋਈ ਅਦਰ ਭਜੋ ਨੱਠੀ ਤੇ ਪੱਠੇ ਵਗਾ ਕੇ ਮਾਰੇ ਕਿਦੇ ਅੱਗੇ ਪੇਡੂ ਦੇ ਅੱਗੇ ਇਹ ਉਹਨ ਪੇਡੂ ਪੱਠੇ ਖਾਰਿਆ ਨਿਆਣੇ ਉਹਨੂੰ ਪੱਠੇ ਖਾਂਦਿਆਂ ਵੇਖ ਕੇ ਖੁਸ਼ ਹੋ ਰਹੇ ਨੇ ਉਧਰ ਬਿਲ ਗੇਟਸ ਬਟਾ ਖੁਸ਼ ਹੋ ਰਿਹਾ ਵੇਖੋ ਯਾਰ ਥਰਡ ਵਰਡ ਦੇ ਬੱਚੇ ਕਿੰਨੇ 마ਸੂਮ ਨੇ ਜਿਨ੍ਹਾਂ ਦੀ ਅੱਡੀ ਮਹਿੰਗੀ ਮੁਸਕਰਾਹਟ ਮੈਂ ਖਰੀਦ ਨਹੀਂ ਸਕਦਾ ਕਿਉਂਕਿ ਉਹ ਪੇਡੂ ਪੱਠੇ ਖਾ ਰਿਆ ਤੇ ਉਹ ਪੱਠਿਆਂ ਨੂੰ ਪੇਡੂ ਨੂੰ ਪੇਡੂ ਨੂੰ ਪੱਠੇ ਖਾਂਦੇ ਆ ਵੇਖ ਕੇ ਨਿਆਣੇ ਖੁਸ਼ ਹੋ ਰਹੇ ਨੇ ਉਧਰ ਪਿਛਲੇ ਪਾਸੇ ਪਾਣੀ ਵਾਲੀ ਬਾਲਟੀ ਖਾਲੀ ਹੈ ਅੱਬ ਇਹਨੂੰ ਚੇਤਾਈ ਨਹੀਂ ਰਿਹਾ ਕਿ ਉਸ ਬਾਲਟੀ ਦੇ ਵਿੱਚ ਬੱਕਰੇ ਲਈ ਪਾਣੀ ਵੀ ਪਾਣਾ ਇੱਕ ਨਿਆਣਾ ਉੱਠਦਾ ਐਧਰ ਉਧਰ ਵੇਖ ਕੇ ਪਾਈਪ ਠਿਊ ਕਰਕੇ ਮਾਰਦਾ ਉਹ ਬਾਲਟੀ ਦੇ ਵਿੱਚ ਦੂਜਾ ਨਿਆਣਾ ਇਨਫੋਰਮੇਸ਼ਨ ਲੈਂਦਾ ਕਹਿੰਦਾ ਟੈਂਕੀ ਦਾ ਪਾਣੀ ਗਰਮ ਤੇ ਨਹੀਂ ਨਿਆਣਾ ਜਵਾਬ ਦਿੰਦਾ ਆਹੋ ਲੱਗਦਾ ਤੇ ਹੈ ਕੁਝ ਕੋਸਾ ਜਾ ਕਹਦਾ ਫਿਰ ਇੱਕ ਮਿੰਟ ਹੈ ਟੂਟੀ ਨਾ ਖੋਲੀ ਉਤੋਂ ਫ੍ਰੀਜ਼ਰ ਦੇ ਵਿੱਚੋਂ ਬਰਫ਼ ਦਾ ਕੋਲਾ ਕੱਢ ਪਹਿਲੋ ਬਰਫ਼ ਬਾਲਟੀ ਵਿੱਚ ਸੁੱਟ ਫਿਰ ਪਾਣੀ ਪਾ ਤਾਂ ਕਿ ਸਾਡਾ ਪੇਡੂ ਸੋਨਾ ਪੇਡੂ ਤੇਰਾ ਪੇਡੂ ਮੇਰਾ ਪੇਡੂ ਸਭ ਦਾ ਪੇਡੂ ਜਗ ਦਾ ਪੇਡੂ ਬੜੇ ਆਰਾਮ ਨਾਲ ਉਹ ਠੰਡਾ ਪਾਣੀ ਇਸ ਗਰਮੀ ਵਿੱਚ ਪੀ ਸਕੇ ਨੋਸ਼ ਫਰਮਾ ਸਕੇ ਬਲਗੇ ਨੋਸ਼ ਤੋਂ ਫਰਮਾ ਰਹੇ ਪੱਠੇ ਖਾ ਰਿਹਾ ਪੱਠੇ ਸਾਹਮਣੇ ਪਏ ਨੇ ਪੇਡੂ ਪੱਠੇ ਖਾ ਰਿਹਾ ਨੇ ਆਣੇ ਉਹਨੂੰ ਵੇਖ ਕੇ ਖੁਸ਼ ਹੋ ਰਹੇ ਨੇ ਤੇ ਅੰਦਰ ਤੀਸਰੀ ਆਲਮੀ جنگ ਛਿੜੀ ਹੈ ਐਦਰੋਂ ਅੱਬਾ ਅੰਦਰ ਔਦਰ ਅਮੀ ਬਾਹਰ ਜਾਣ ਦੀ ਕੋਸ਼ਿਸ਼ ਵਿੱਚ ਅੱਬਾ ਕਹਿੰਦਾ ਸੋਹਣਿਆ ਗਲ ਤੇ ਸੁਨੋ ਅੱਗੋਂ ਦੀ ਬਾਹ ਝੜਕ ਕੇ ਅਮੀ ਕਹਿੰਦੀ ਹੈ ਦਫਾ ਹੋ ਜਾਓ ਅੱਜ ਮੈਂ ਕਿਸੇ ਹੋਰ ਮੋੜ ਵਿੱਚ ਹਾਂ ਮੈਨੂੰ ਤੰਗ ਨਾ ਕਰੋ ਕੋਕੇ ਪੱਠੇ ਮੁਗ ਗਏ ਸਨ ਤੇ ਤੁਹਾਨੂੰ ਪੱਠਿਆਂ ਦਾ ਖਿਆਲ ਹੀ ਕੋਈ ਨਹੀਂ ਅੱਬਾ ਕਹਿੰਦਾ ਸੋਨੀਆਂ ਫਿਕਰ ਨਾਟ ਮੈਂ ਪੱਠੇ ਲੈ ਕੇ ਆਇਆ ਵਾਂ ਤੇ ਆ ਵੇਖ ਜਲੇਬੀਆਂ ਦਾ ਸ਼ਾਪਰ ਉਹ ਕਹਿੰਦੀ ਇਹਨਾਂ ਜਲੇਬੀਆਂ ਨੂੰ ਮੇਰੇ ਸਹੁਰਿਆਂ ਦੇ ਦੇ ਆਓ ਜਿਹੜੇ ਕਿ ਕੋਈ ਵੀ ਕੋਈ ਸਾਰੇ ਫੌਦ ਹੋ ਗਏ ਨੇ ਅੱਬਾ ਕਹਿੰਦਾ ਫਿਕਰ ਹੀ ਨਾ ਕਰ ਮੈਂ ਆਂਦੇ ਆਂਦੇ ਸੋਚ ਰਿਹਾ ਸੀ ਤਰਕੀਬਾਂ ਲੜਾ ਰਿਹਾ ਸੀ ਕਿ Eid ਕੀ ਇਸ ਵੱਡੀ Eid ਦੀ ਕੁਰਬਾਨੀ ਵਾਲੀ Eid ਦੀ ਖੁਸ਼ੀ ਕਿਵੇਂ ਮਨਾਈ ਉਰੀ ਮੇਰੇ ਜ਼ਿਹਨ ਚ ਇੱਕ ਗੱਲ ਆਈ ਕਿ ਕਮਜ਼ ਕਮ ਦੋ ਰਾਨਾ ਜਦੋਂ ਅਮੀ ਵੱਲ ਜਾਏ ਤੇ ਆਪਣੀ ਅਮੀ ਨੂੰ ਉਹਦੇ ਹਿੱਸੇ ਦਾ ਗੋਸ਼ ਅਨਦਰ ਦੋ ਰਾਨਾ ਦੀ ਸ਼ਕਲ ਵਿੱਚ ਪੇਸ਼ ਕਰੀ ਤੇ ਨਾਲੇ ਉਸ ਖਾਸ ਸਰ ਦਾ ਸਲਾਮ ਅਰਜ਼ ਕਰੀ ਤੇ ਅਮੀ ਦਿਲ ਵਿੱਚ ਸੋਚਦੀ ਹੈ ਦੇਖਿਆ ਆਇਆ ਨਾ ਲੈਣ ਤੇ ਬਹੁਤਾ ਆਕੜ ਖਾਂ ਬਣੀ ਫਿਰਦਾ ਸੀ ਅਮੀ ਮੁੜ ਕੇ ਕਹਿੰਦੀ ਹੈ ਕੀ ਖਿਆਲ ਹੈ ਕਿ ਉਹਨਾਂ ਰਾਨਾ ਦੇ ਨਾਲ ਦੋਨੋਂ ਦਸਤੀਆ ਵੀ ਨਹੀਂ ਦਿਹਾਈਏ ਤੇ ਬੱਕੰ ਦਾ ਗੱਲ ਹੀ ਕੋਣੀ ਪੂਰਾ ਬਕੜਾ ਦਿਓ ਨੈਵਰ ਮਾਇੰਡ ਸਾਨੂੰ ਕੋਈ ਟੈਨਸ਼ਨ ਨਹੀਂ ਸੋਣੀਏ ਤੇਰੀ ਖੁਸ਼ੀ ਚਾਹੀਦੀ ਏ ਉਧਰ ਸੀਸਫਾਇਰ ਸਕੂਨ ਅਮਨ ਪੱਠੇ ਆ ਗਏ ਨੇ ਪੇਡੂ ਪੱਠੇ ਖਾਂਦਾ ਸੋਚ ਰਿਹਾ ਏ ਕਿਉਂਕਿ ਉਹ ਪੇਡੂ ਕੁਰਬਾਨੀ ਦਾ ਪੇਡੂ ਕੋ ਸਿੰਪਲ ਪੇਡੂ ਨਹੀਂ ਆ ਬੜਾ ਦਾਨਸ਼ੂਰ ਕਿਸਮ ਦਾ ਪੇਡੂ ਏ ਉਹ ਸੋਚ ਰਿਹਾ ਏ ਯਾਰ ਇਹ ਮਨ ਨੂੰ ਫੜ ਤੋਇ ਲੈ ਐਨੇ ਅਦਰ ਅਦਰ ਫੜ ਫੜਾ ਕੇ ਕੁਦਰਤ ਦੀ ਦਵਾਈ ਫੜੀ ਕੁਦਰਤ ਦੀ ਦਵਾਈ ਫੜੀ ਅਖੀਰ ਮੈਨੂੰ ਮਹਿੰਗੇ दामੋਂ ਖਰੀਦ ਤੇ ਲਿਆਏ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਇਹ ਪੱਠੇ ਅਫੋਰਡ ਨਹੀਂ ਕਰ ਸਕਦੇ ਪੇਡੂ ਪਤਾ ਨਹੀਂ ਕਿਵੇਂ ਅਫੋਰਡ ਕੀਤਾ ਹੁਣ ਪੱਠੇ ਅਫੋਰਡ ਨਹੀਂ ਕਰ ਸਕਦੇ ਤੇ ਇਹ ਵੀ ਹੋ ਸਕਦਾ ਹੈ ਕਿ ਕਿਸੇ ਹੋਰ ਦੀ ਨਾਲੀ ਚੋਂ ਵਗਦਾ ਲਊ ਆਪਣੀ ਨਾਲੀ ਚ ਪਾ ਕੇ ਮੈਨੂੰ ਦੁਬਾਰਾ ਮੰਡੀ ਵੇਚਾਂ ਕਿਉਂਕਿ ਪੇਡੂ ਵੀ ਨਹੀਂ ਅਫੋਰਡ ਹੋ ਸਕਦਾ ਤੇ ਪੱਠੇ ਵੀ ਨਹੀਂ ਅਫੋਰਡ ਹੋ ਸਕਦੇ ਤੇ ਇਹਦੇ ਮੌਕੇ ਤੇ ਨੇ ਆਨੇ ਨੂੰ ਪਿੱਛੇ ਬਾਕੇ ਪਾਂ ਪਾਂ ਕਰਦੇ ਜਾ ਕੇ ਪਕਾਣੇ ਲੈਣ ਜਾਓ ਤੇ ਤੇਲ ਵੀ ਅਫੋਰਡ ਨਹੀਂ ਹੋ ਸਕਦਾ ਪੱਠੇ ਤੇ ਆ ਗਏ ਨੇ ਪਰ ਮਨ ਨੂੰ ਇਹ ਜੋ ਲੱਗਦਾ ਹੈ ਕਿ ਸਾਰੇ ਉਲੂ ਦੇ ਪੱਠੇ ਬਣ ਗਏ ਨੇ ਸਮਝ ਨਹੀਂ ਆਂਦੀ ਕੀ ਹੋਏਗਾ ਤੇ ਉਧਰ ਅੱਬਾ ਜੀ ਅਮੀ ਨੂੰ ਫਰਮਾ ਰਹੇ ਨੇ ਐਦ ਕੀ ਜਿਹੜਾ ਸਵਾਲੀ ਜਿਹੜਾ ਫਕੀਰ ਬੂਹੇ ਤੇ ਆਏ ਉਹ ਬੂਹੇ ਖੋਲਣ ਤੋਂ ਇਨਕਾਰ ਕਰਦੇ ਹੋ ਜਵਾਬ ਹੀ ਨਾ ਦਿਵਾ ਪੇ ਮਾਇੂਸ ਹੋ ਕੇ ਲੱਡ ਜਾਏਗਾ ਐਨਾ ਫਕੀਰਾਂ ਦਾ ਕੀ ਇਹ ਤੇ ਆਂਦੇ ਰਹਿੰਦੇ ਨੇ इतने ना मंगन गए अगले बुहे मंगण गए उ ना मंगन गए अगले बुहे मंगन गए मंगते ही रहन गए लोड है मैं सोच रहा सदक बाबे क्यों की जाए कढ़ाई बनाई जाए कबाब बनाए जाए, रेशमी कबाब बनाए जाए, कोफ्ते बनाए जाए। वो केंद्री इस संभाल के रखने अगले छे महीने काम है गुड आइडिया इस पहले ही कहें आइडिया ठीक है सिरपाई बखे रख दें ਦਿਲကလေး ਜੀ ਵਖਰੇ ਰੱਖ ਦੇ ਤੇ ਖਲ ਜੜੀ ਆ ਉਹ ਕਾਰੀ ਸਾਬ ਨੂੰ ਦੇ ਦੇ ਕੀ ਯਾਦ ਕਰੇਗਾ ਕਿ ਇਹ ਰੋਕੀ ਇਹ ਨਾ ਸਮਝਣ ਕਿ ਸਾਨੂੰ ਸਭ ਕਮਾਨਾ ਨਹੀਂ ਆਉਂਦਾ بیگم ਕਹਿੰਦੀ ਆ ਚੋਇ ਸਾਬ ਤੁਸੀਂ ਵਾਕਈ ਚੋਇ ਸਾਬ ਤੇ ਚੋਇ ਸਾਬ ਕਹਿੰਦੇ ਸੋਨिए ਅਸੀਂ ਆਪਣੇ ਹੋਂਦ ਤੇ ਕਦੀ ਜ਼ਰੂਰ ਨਹੀਂ ਕੀਤਾ ਗੱਲ ਨਿੱਕੀ ਜਈ ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ ਮੈਨੂੰ ਤੇ ਕੋਈ ਸਮਝ ਨਹੀਂ सानू है जे समझो ते समझाओ कहानी बने लाओ गल निकी जई यार फरूका की बनेगा इस दुनिया दा गल निकी जई